ਸਿੱਖ ਗੁਰੂ ਕਾ ਜਿਹਦੀਆਂ ਲੱਤਾਂ ਕਿਸੇ ਕਾਰਨ ਦੋਵੇਂ ਕੱਟੀਆਂ ਹੋਈਆਂ ਸਨ, ਉਹ ਨਹੀਂ ਸੀ ਸਕਦਾ। ਚੌਕੜਾ ਮਾਰ ਕੇ ਬੈਠਾ ਹੋਇਆ, ਗੋਲਿਆਂ ਉੱਤੇ ਬਾਹਾਂ ਰੱਖੀਆਂ ਹੋਈਆਂ ਤੇ ਕਿਸੇ ਮਸਤੀ ਦੇ ਆਲਮ ਵਿੱਚ ਕਿਸੇ ਰੰਗ ਵਿੱਚ ਰੰਗਿਆ ਹੋਇਆ ਆਪਣੇ ਪਿਆਰੇ ਪ੍ਰੀਤਮ ਨੂੰ ਯਾਦ ਕਰ ਰਿਹਾ ਸੀ। ਜਲ ਰਾਮ ਜਲ ਪਾਇਆ ਹੋਇਆ, ਜਲ ਰਾਮ ਜਲ ਪਾਇਆ, ਜਲ ਰਾਮ ਜਲ ਪਾਇਆ, ਜਲ ਰਾਮ ਜਲ ਪਾਇਆ, ਜਲ ਰਾਮ ਜਲ। ਮਨ ਮਾਰਨ ਕਾਰਨ ਬਣ ਜਾਈਏ, ਸੋ ਜਲ ਬਿਨ ਭਗਵੰਤ ਨ ਪਾਈਏ। ਬਾਣੀ ਸੁਣਦੇ ਸੁਣਦੇ ਜਿਸ ਵੇਲੇ ਬਾਬੇ ਦੀਪ ਸਿੰਘ ਦੀ ਸਮਾਧ ਲਾਗੇ ਪਹੁੰਚੇ, ਭਾਵੇਂ ਸਮਾਧ ਅਜੇ ਨਹੀਂ ਸੀ ਬਣੀ, ਮੇਰਾ ਮਤਲਬ ਥਾਂ ਤੋਂ ਇੱਥੇ ਪਹੁੰਚੇ ਤੇ ਇਹਨਾਂ ਨੂੰ ਹੋਰ ਸਿੱਖ ਨਗਰ ਕਿਹਾ, ਸਾਧਾ ਨੂੰ ਨੇਤਰਹੀਣ ਅੱਖੀਂ ਲੱਗਦਾ ਕੁਝ ਨਹੀਂ, ਪਰ ਕਬਰ ਸਿੱਧੀ ਕਰਕੇ ਚੌਕੜਾ ਮਾਰਿਆ ਹੈ, ਆਪਣੇ ਪਿਆਰੇ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਝੂਮ ਝੂਮ ਕੇ ਕਹਿ ਰਿਹਾ ਸੀ, ਸਦਬਲੇ ਆ ਸਦਬਲੇ ਆ ਸਦਬਲੇ ਆ ਸਦਬਲੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ ਜਿਹੜਾ ਰੱਬ ਦਾ ਨਾਮ ਲਏ ਉਹਦੇ ਤੋਂ ਨਾਂ ਸਦਾ ਕੁਰਬਾਨ। ਇਹ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ, ਤੇ ਜਿਹੜਾ ਬਜੰਤੀ ਮਾਲਾ ਦਾ ਟੱਪਾ ਸੁਣ ਕੇ ਆਵੇ ਉਹਦੇ ਤੋਂ ਮੈਂ ਸਭ ਕਹਿ ਜਾਵਾਂ ਲਿਖਿਆ ਕਿ ਕਿਸੇ ਸ਼ਾਸਤਰ ਜਾਏਗਾ ਜਿਹੜੇ ਨਿਰਮਲ ਨਿਰਮਲ ਹਰਗੁਣਗਾ। ਉਹ ਆਦਮੀ ਅੰਦਰੋਂ ਬਾਹਰੋਂ ਨਿਰਮਲ ਹੈ, ਜਿਹੜਾ ਨਿਰਮਲ ਵਾਹਿਗੁਰੂ ਦੇ ਗੁਣ ਬਣਦਾ ਹੈ। ਸੋ ਨਿਰਮਲ ਨਿਰਮਲ ਹਰਗੁਣਗਾ, ਸੋ ਭਾਈ ਮੇਰੇ ਮਨ ਭਾਉ, ਉਹ ਮੇਰਾ ਵੀਰ ਹੈ, ਸਾਡਾ ਭਰਾ ਹੈ, ਮੈਨੂੰ ਉਹ ਚੰਗਾ ਲੱਗਦਾ ਹੈ। ਜਿਨ ਕੇ ਰਾਮ ਰਿਹਾ ਭਰਪੂਰ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਐਨ ਭਰਪੂਰ ਹੈ, ਸਮਾਇਆ ਹੋਇਆ ਅੰਦਰ ਬਾਹਰ, ਜਿਨ੍ਹਾਂ ਦੇ ਰਾਮ ਰਮਿਆ ਹੋਇਆ ਅੰਦਰ ਬਾਹਰ, ਜਿਨ੍ਹਾਂ ਦੇ ਰਾਮ ਟਿਕਿਆ ਹੋਇਆ। ਜਿਨ ਕੇ ਪਗ ਪੰਕਜ ਹਮ ਧੂੜ, ਉਹਨਾਂ ਦੇ ਚਰਨਾਂ ਦੀ ਜਿਹੜੇ ਚਰਨ ਕਮਲ ਫੁੱਲ ਹੋ ਗਏ ਕੋਮਲ ਨੇ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਹਾਂ, ਜਿਹੜੇ ਨਾਮ ਲੈਂਦੇ ਨੇ ਸਤਨਾਮ ਵਾਹਿਗੁਰੂ ਦਾ। ਜਾਤ ਜੁਲਾ ਆਪਣੀ ਜਾਤ ਨਹੀਂ ਨਾ ਲਗਾਉਂਦਾ ਕਬੀਰ, ਕਹਿੰਦਾ ਹਾਂ ਤੇ ਜੁਲਾ ਤਨ ਬਾਣੀ ਬੋਲਣ ਵਾਲਾ, ਪਰ ਮਤ ਕਾ ਧੀਰ, ਮਤ ਦਾ ਬੜਾ ਮੈਂ ਧੀਰ ਜੁਲਾ ਵਾਂ, ਮਤ ਦਾ ਬੜਾ ਹੌਸਲੇ ਵਾਲਾ ਵਾਂ, ਮਤ ਦਾ ਮੈਂ ਬੜਾ ਟਿਕਿਆ ਹੋਇਆ ਹਾਂ। ਜਾਤ ਜੁਲਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ। ਦਰਸ਼ਨ ਦੀਦਾਰ ਕਰਦੇ ਸਾਹਿਬ ਨਿਹਾਲ ਹੋ ਗਏ, ਦਰਸ਼ਨੀ ਜੋੜ ਨੂੰ ਅੰਦਰ ਜਾ ਕੇ ਹਰਿਮੰਦਰ ਚ ਸਾਹਿਬਾਂ ਦਾ ਦੀਦਾਰ ਕਰਕੇ ਦੋ ਕੁ ਮਿੰਟ ਬੈਠੇ ਤੇ ਉਹ ਖੁੱਲੋ ਤੇ ਭਜਦਰ ਸੀ ਸਾਹਿਬ, ਰਲਾ ਪੈ ਗਿਆ ਸੰਗਤ। ਗਰੀਬ ਨੂੰ ਆਦਮੀ ਆਖਿਆ, ਸੰਤੋ ਸਾਧੋ ਮਹਾਂਪੁਰਸ਼ੋ ਦੋ ਕੁ ਮਿੰਟ ਹੋਰ ਪੈ ਜਾਓ,
ਕਹਿਣ ਲੱਗੇ ਮਹਾਰਾਜ ਜਿਹਨੂੰ ਗੁਰੂ ਬਣਾ ਦੇ ਕਹਿ ਉਹ ਜਿਹੜੀ ਆਗਿਆ ਹੈ ਨਹੀਂ ਹਜ਼ੂਰ ਕਹਿਣ ਲੱਗੇ ਤੁਹਾਡੀ ਮਰਜ਼ੀ। ਉਹਨਾਂ ਦਿਨਾਂ ਵਿੱਚ ਸ਼ਾਹਜ਼ਾਦਾ ਖੁਸਰੋ ਆਇਆ ਹੋਇਆ ਸੀ, ਉਹਦੀਆਂ ਬੇਗਮਾਂ ਦੇ ਡੋਲੇ ਦਿੱਲੀ ਜਾਣੇ ਸਨ, ਉਹਨਾਂ ਡੋਲਿਆਂ ਵਾਸਤੇ ਬਜ਼ਾਰੀ ਚਾਹੀਦੇ ਸਨ, ਬਾਬੇ ਸਾਹਿਬ ਦੇ ਚੌਂਕ, ਕਰੋੜੀ ਦੇ ਚੌਂਕ, ਮੰਨਾ ਸਿੰਘ ਦੇ ਚੌਂਕ, ਤਮਾਮ ਮੁਗਲ ਸਿਪਾਹੀ ਖਲੋਤੇ ਸੀ ਤੇ ਬਜ਼ਾਰੀ ਫੜੋ। ਉਹ ਜਿਹਦੇ ਵੱਲ ਧਿਆਨ ਮਾਰ ਕੇ ਵੇਖਣੇ ਸਿਪਾਹੀ ਪਾਪੜ ਖਾਣ ਵਾਲਾ ਖਤਰੇ ਕੇ ਜਿਹੜੇ ਲੈਣ ਵਿਚਾਰੇ ਇੰਨੀਆਂ ਇੰਨੀਆਂ ਕਮਰਾਂ ਚੁੱਕੇ ਹੈ, ਮੂੰਹ ਹੱਡੀਆਂ ਨੰਗੀਆਂ, ਕੌਣ ਚੁੱਕੇ ਬੇਗਮਾਂ ਦਾ ਡੋਲਾ। ਇਹ ਸੰਸਾਰ ਪੱਖੀਆਂ ਰਸੋਈਆਂ ਖਾਣ ਵਾਲੇ ਖੀਰਾਂ ਵਿੱਚ ਪਿਸ਼ਤੇ ਵਿੱਚ ਬੁਰਾ ਲਾਲ ਰੰਗ ਚਿੱਟਿਆਂ ਕੱਪੜਿਆਂ ਚ ਹੋਰ ਰੰਗ ਭਰੇ ਮੁਸਲਮਾਨ ਸਿਪਾਹੀਆਂ ਨੇ ਅੱਲਾ ਦੀਆਂ ਦਾ ਸ਼ੁਕਰ ਕੀਤਾ ਪਿਆ। ਹਾ ਮੌਲਾ ਜੀ ਦਾਸ ਐਵੇਂ ਕਹਿੰਦੇ ਨਾ ਤੈਨੂੰ ਮੁਕੱਦਸ ਅੱਲਾ ਦੀਆਂ ਕਹਿੰਦੇ, ਐਸੇ ਬਜ਼ਾਰੀ ਭੇਜੇ ਨੀ ਖੁਲੀ ਬਾਹਰ ਕੱਲਾ ਕੱਲਾ ਹੀ ਡੋਲਾ ਚੁੱਕ ਕੇ ਦਿੱਲੀ ਲੈ ਜਾਏ। ਉਹ ਮੁਸਲਮਾਨ ਪਾਇਆ ਗਿਆ ਨਾ ਘੇਰਾ ਤੇ ਸਾਰੇ ਹੀ ਫੜ ਲੈ ਸਾਰ ਡੋਕ ਵਿੱਚੋਂ ਨਿਕਲੇ ਪਹੁੰਚੇ ਡੇਰੇ ਮੁਸਲਮਾਨਾਂ ਨੂੰ ਰਾਕਸ਼ ਕਹਿੰਦੇ ਸਨ ਜਮਨ, ਉਹਨਾਂ ਦੀਆਂ ਬੇਗਮਾਂ ਦੇ ਡੋਲੇ ਚੁੱਕਣੇ ਪੈ ਗਏ ਤੇਰੇ ਚੇਲਿਆਂ ਨੂੰ ਦਿੱਲੀ ਛੱਡ ਕੇ ਆਉਣਾ, ਜਿਹਨਾਂ ਦਾ ਅਸੀਂ ਪਰਛਾਵਾਂ ਨਹੀਂ ਸਾਂ ਲੈਂਦੇ ਉਹਨਾਂ ਦੇ ਡੋਲੇ ਚੁੱਕਣੇ ਪੈ। ਤੇ ਬਾਬੇ ਆਖਿਆ ਤੁਹਾਡਾ ਰਹਿਣਾ ਕੱਖ ਨਹੀਂ, ਤੁਹਾਨੂੰ ਆਖਿਆ ਸੀ ਨਾ ਗ੍ਰਿਸ਼ਤੀ ਗੁਰੂ ਦੇ ਦਰਸ਼ਨ ਨੂੰ ਨਾ ਜਾਏ, ਤੁਸਾਂ ਮਰਿਆਦਾ ਤੋੜ ਦਿੱਤੀ ਹੈ, ਤੁਹਾਡੇ ਤੇ ਮੁਸੀਬਤਾਂ ਪੈਣੀਆਂ ਨੇ। ਬਾਬਾ ਤੇ ਹੋ ਗਿਆ ਅੱਗ ਮਕੂਲਾ ਤੇ ਉਹ ਦੋ ਚੇਲੇ ਜਿਹੜੇ ਦੌੜ ਕੇ ਗਏ ਸਨ ਨਾ ਡੇਰੇ, ਉਹਨਾਂ ਨੂੰ ਪੁੱਛਿਆ ਤੁਸੀਂ ਕਿਵੇਂ ਬਚ ਗਏ? ਕਹਿਣ ਲੱਗੇ ਜੀ ਮਹਾਰਾਜ ਤਾਂ ਹੇਰਾ ਫੇਰੀ ਨਾਲ ਆ ਗਏ, ਹੇਰਾ ਫੇਰੀ ਹਟਦੀ ਨਹੀਂ, ਸਾਡੇ ਪਹਿਲੇ ਸਮੁੰਦਰ ਚ ਕਿਸ਼ਤੀਆਂ ਚ ਬਹਿ ਕੇ ਆ ਜਾਂਦੇ, ਦੂਜੇ ਮੁਲਕ ਵਿੱਚ ਹੇਰਾ ਫੇਰੀ ਹਟਦੀ ਚੋਰੀ ਕਦੇ ਬੰਦ ਨਹੀਂ ਹੋਈ, ਭਾਵੇਂ ਕੋਈ ਰਾਜਾ ਰਾਜ ਕਰਦਾ ਬਦੀ ਕੋਈ ਹਟਾ ਨਹੀਂ ਸਕਦੀ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਤੇ ਸੰਤ ਫੜੇ ਗਏ ਨੇ, ਹੁਕਮਨਾਮਾ ਲਿਖ ਕੇ ਭਾਈ ਗੁਰਦਾਸ ਨੂੰ ਦਿੱਤਾ ਕਿ ਜਾਓ ਸ਼ਾਹਜ਼ਾਦਾ ਖੁਸਰੋ ਨੂੰ ਆਖੋ ਇਹ ਗ੍ਰਿਸ਼ਤੀ ਨਹੀਂ ਇਹ ਸੰਤ ਨੇ, ਇਹਨਾਂ ਨੂੰ ਛੱਡ ਦਿੱਤਾ। ਹੱਥਕੜੀਆਂ ਲਾ ਦੀਆਂ, ਹੱਸਦੇ ਖੇਡਦੇ ਬਾਬੇ ਦੇ ਡੇਰੇ ਆ ਗਏ ਸਾਧ ਮਹਾਂਪੁਰਸ਼ ਭਾਵੇਂ ਬ੍ਰਹਮ ਦਾ ਸਾਖਿਆ। ਉਹ ਕਿਵੇਂ ਬਚੇ ਤੁਸੀਂ? ਕਹਿਣ ਲੱਗੇ ਜੀ ਗੁਰੂ ਅਰਜਨ ਸਾਹਿਬ ਦਾ ਹੁਕਮਨਾਮਾ ਗਿਆ ਸਾਡੀਆਂ ਹੱਥਕੜੀਆਂ ਲਾ ਦੀਆਂ ਤੇ ਬਾਬੇ ਬ੍ਰਹਮਦਾਸ ਦਾ ਸਿਰ ਸ਼ਰਮ ਨਾਲ ਝੁਕ ਗਿਆ। ਮੈਂ ਗੁਰੂ ਕਾ ਨਿੰਦਕ, ਮੈਂ ਗੁਰੂ ਕਾ ਦੁਸ਼ਮਣ, ਮੈਂ ਗੁਰੂ ਕਾ ਵਿਰੋਧੀ ਤੇ ਗੁਰੂ ਏਡਾ ਦਿਆਲੂ, ਮੇਰੇ ਚੇਲੇ ਦੇ ਆਖਰੋ ਆਖ ਗੁਰੂ ਤੇ ਕੋਈ ਪਰਉਪਕਾਰੀ ਹੈ, ਗੁਰੂ ਤੇ ਕੋਈ ਨਿਰਵੈਰ ਹੈ? ਅਜੇ ਸੋਚਦਾ ਸੀ ਪੇਸ਼ਾਵਾਂ ਨੇ ਬਾਬੇ ਬੁੱਢੇ ਨੂੰ ਬੁਲਾਇਆ, ਭਾਈ ਗੁਰਦਾਸ ਨੂੰ ਬੁਲਾਇਆ, ਜੇਠੇ ਨੂੰ ਬੁਲਾਇਆ, ਬਿਧੀ ਚੰਦ ਨੂੰ ਬੁਲਾਇਆ, ਭਾਈ ਵਾਸਣ ਗੱਡਿਆਂ ਉੱਤੇ ਲੱਭ ਲਓ, ਖੰਡ ਘਿਓ ਸ਼ੱਕਰ ਗੁੜ ਤਮਾਮ ਲੱਕੜੀਆਂ ਬਰਤਨ ਲੱਭ ਲਓ ਤੇ ਬਾਬੇ ਬ੍ਰਹਮਦਾਸ ਦੇ ਡੇਰੇ ਪਹੁੰਚ ਜਾਓ ਤੇ ਮੇਰੇ ਵੱਲੋਂ ਜਾ ਕੇ ਹੱਥ ਜੋੜ ਕੇ ਆਖਿਓ ਬਾਬਾ ਬੁੱਢਾ ਜੀ, ਬਾਬੇ ਬ੍ਰਹਮਦਾਸ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਆਖਿਓ ਭਾਈ ਨਾਨਕ ਦੀ ਗੱਡੀ ਦਾ ਦਾਸ ਅਰਜਨ ਦੇਵ ਮਿੰਨਤ ਕਰਦਾ ਹੈ, ਬੇਨਤੀ ਕਰਦਾ ਹੈ ਕਿ ਅੱਜ ਤੁਹਾਡਾ ਸਾਰਿਆਂ ਸਾਧਾਂ ਦਾ ਲੰਗਰ ਮੇਰੇ ਪਿਤਾ ਸ੍ਰੀ ਗੁਰੂ ਰਾਮਦਾਸ ਦੇ ਘਰ ਰਾਸ਼ਨ ਮੈਂ ਭੇਜ ਦਿੱਤਾ, ਤੁਸੀਂ ਪੱਕੀ ਰਸੋਈ ਖਾਂਦੇ ਛਕੋ। ਤੇ ਬਾਬਾ ਬੁੱਢਾ ਜੀ, ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਜੀ ਨਾਲ ਇਹ ਵੀ ਬਾਬਾ ਬ੍ਰਹਮਦਾਸ ਨੂੰ ਕਹਿ ਦੇਣਾ ਭਾਈ ਨਾਨਕ ਸਾਹਿਬ ਦੀ ਗੱਡੀ ਦਾ ਦਾਸ ਅਰਜਨ ਦੇਵ ਇਹ ਵੀ ਬੇਨਤੀ ਕਰਦਾ ਭਾਈ ਪੂੜੀਆਂ ਤਲ ਲਓ, ਕੜਾਹ ਬਣਾ ਲਓ, ਖੀਰਾਂ ਪਕਾ ਲਓ, ਸਬਜ਼ੀਆਂ ਬਣਾ ਲਓ, ਦਾਲਾਂ ਤੜਕੇ ਲਾ ਲਓ, ਸਭ ਕੁਝ ਕਰ ਲਓ, ਪਰ ਜਿੰਨਾ ਚਿਰ ਹਰਿਮੰਦਰ ਸਾਹਿਬ ਦੀ ਡਿਊਟੀ ਦੇ ਕੇ ਮੈਂ ਵਿਹਲਾ ਹੋ ਕੇ ਤੁਹਾਡੇ ਚਰਨਾਂ ਚ ਨਾ ਪਹੁੰਚ ਜਾਵਾਂ ਉਹਨਾਂ ਚਿਰ ਪੰਗਤ ਨਾ ਲਾਇਓ। ਬਾਬਾ ਬੁੱਢਾ ਜੀ ਇੰਨੀ ਗੱਲ ਬਾਬਾ ਬ੍ਰਹਮਦਾਸ ਨੂੰ ਕਹਿ ਦੇਣੀ ਵੀ ਉਹਨਾਂ ਚਿਰ ਪੰਗਤ ਨਾ ਲਾਓ, ਸਗੋਂ ਇਹੋ ਆਖਿਓ ਕਿ ਬਾਬਾ ਬ੍ਰਹਮਦਾਸ ਜੀ ਅਰਜਨ ਦੇਵ ਕਹਿੰਦਾ ਕਿ ਮੈਂ ਹਰਿਮੰਦਰ ਸਾਹਿਬ ਦੀ ਡਿਊਟੀ ਤੋਂ ਵਿਹਲਾ ਹੋ ਕੇ ਆਵਾਂਗਾ
फिर साधा जी पंडित लगे कि मैं साधा ने चरण धोवांगा, मैं साधा के हाथ धोवांगा, मैं साधा नु भोजन परोसांगा, साध छकणगे, मैं फिर साधा के जूठे बर्तन मांजांगा, मेरे हाथ पवित्र हो जाएंगे, मैनू सिखी मिल जाएगी। जिस वे बाबे बुढ़े की रचना तो बाबा ब्रह्मदास ने बचन सुनिया, चीखा निकल गई, लाता पाई अपने मन नू, और ब्रह्मदास और गुरु निर्वैर, गुरु निरा प्रेम का पुतला, गुरु साधा की सेवा करने वाला सेवादार, तू ओदे नाल वार पा के बह गया। बाबे बुढ़े के चरण फड़ के बाबे ब्रह्मदास ने आखिया, महाराज छेदी नाल हरिमंदर चले जाओ, मेरे वालों जाके गुरु अर्जन साहब नू बिने करो कि मेरे जैसे गुनाहगार हंकारी वास्ते आप मेरे डेरे ना आओ, मैं आप उन्होंने चरण परसन वास्ते श्री हरिमंदर साहब आवा। पांच टोकरियां बदामा दियां भरियां, चेलिया नू चकाइयां, एक टोकरी आप चुकी, तुरिया नंगी पैरी तुरिया हरिमंदर साहब आया, भेटा रखी, मथा टेकिया। दस मिनट हो गए बैठे होंगे, अर्जुन देव जी महाराज कहन लगे, हे बाबा ब्रह्मदास जी छेदी नाल चले जाओ अपने डेरे, वो ना हो आशा की वार तुहानू किते अपने जोगा ही कर ले, वो ना हो आशा की वार दे जाल च फसी जाओ। फिर उदो बाद ब्रह्मदास ने रो के गल कही, सी साहब हुण कोई थां नहीं लभदा, मैं किथे जावां, कोई जगह नहीं दुनिया च लभदी, मैं किथे जावां, तेरे कोल आ गया, मेरे उत्ते रहमत कर, हुण सदा वास्ते अपने चरणां च रख। जिथे अजकल पावे ब्रह्मदास का अखाड़ा, ये जगह उदो खाली सी, साहबां ने हुक्म दिता, इत्थे अखाड़ा बन गया। महाराज कहण लगे, उत्थों ध्यान मारेगा, असीं तैनूं लभांगे, कदे कदे अजीं वी तैनूं वेख लिया करांगे। जिन्ना चिर अंदरों होमे हंकार नहीं गया, उन्ना चिर बाबा ब्रह्मदास जी कल्याण नहीं हुई। मेरा साहब सच्चा पातशाह कहिंदे ने, अनक बात कर मणियां सज, क्यों हंकार करना, एक काके ताग परोही, एक कायां दे मणके सुवास दे कच्चे धागे च परोहे, ते टूट जाएगो, ये जरा कच्चा सुवासां दा धागा इन्हें टूट जाना, टूट जाए गो सूत बापुरे, फिर पाछे पछतोई, फिर पिछो पछताना पाएगा। सिमर वाहेगुरु नु याद कर, वाहेगुरु नु चित ला, वाहेगुरु नाल जिन तुम सिरजे सिरजे सवारे, जिस वाहेगुरु ने तेन साजिया सवारिया सिंगारिया बनाया, इस त्याव हो दिन रहने ही, जन नानक को हर कृपा तारी, मैं सतगुर ओट गए। हजूर कहने ने मेरे ते निरंकार की कृपा हुई, मैं सतगुरां की ओट लई, सतगुरां के चरण पकड़े ने, उन्हां चरणों का सदका बेड़ा पर सागर विचों पार हो गया। गुरु के चरण पकड़ो, कार्य सफले होंगे, गुरु के चरणी लगो, कार्य सफले होंगे। मेरे साहब सच्चे पातशाह श्री गुरु ग्रंथ साहब जी ने होका दिता है, उची आवाज नाल यह बचन कहे ने, तेरे जन पर उपकारी आए, जी दान दे भगती लाए, हर जो लैन मिलाए, ते नाल ये बचन लगता, जैसा सतगुर सुनींदा तैसो ही मैं दीत, विछुड़िया प्रभु हर दरगे का बसीठ, हर नमो मंत्र दृढ़ कटे मैं रोग, नानक सतगुर तिना मिलाया, तुरे पया संयोग प्यारे, तुरे पया संयोग, तुरे पया संयोग प्यारे, तुरे पया संयोग, तुरे पया संयोग प्यारे, तुरे पया संयोग। गुरु नानक देव सच्चा पातशाह गरीब नवाज, जिन तेरे सिखा
ਤੇਰੀ ਬਾਣੀ ਦਾ ਆਦਰ ਕਰਦਿਆਂ ਹੋਇਆ ਮਾਇਆ ਅਰਪਣ ਕੀਤੀ ਹੈ, ਬਾਣੀ ਦਾ ਸਤਿਕਾਰ ਕੀਤਾ ਹੈ, ਸਭ ਦੇ ਮਨ ਨੂੰ ਸ਼ਾਂਤੀ ਬਖਸ਼ਣੀ, ਕਾਰਜ ਸਫਲ ਕਰਨੇ, ਲੋਕ ਪ੍ਰਲੋਕ ਦੇ ਸੁੱਖਾਂ ਨਾਲ ਚੋਲੀਆਂ ਭਰਨੀਆਂ। ਮੈਂ ਆਪਣੇ ਭਾਗ ਸੰਗੇ ਚੰਗੇ ਸੰਭਾਲ ਗਈ ਪਾਇਆ ਐਸਾ ਗੁਰੂ ਵੱਡ ਭਾਗੀ ਪਾਇਆ ਬੈਠਾ ਬੈਠਾ ਫਿਰਦਾ ਤੁਰਦਾ ਥੱਕ ਵੀ ਜਾਂਦਾ, ਮਨ ਕਰਕੇ ਇਹ ਅੱਕ ਵੀ ਜਾਂਦਾ। ਜਿਹੜੇ ਜਿਹੜੇ ਸੱਜਣ ਬੈਠੇ ਬੈਠੇ ਥੱਕ ਗਏ ਹੋਣ ਜਾਂ ਮਨ ਕਰਕੇ ਅੱਕ ਗਏ ਹੋਣ ਤੇ ਉਹਨਾਂ ਦਾ ਇਹ ਵਿਚਾਰ ਹੋਵੇ ਕਿ ਇਸ ਬੁੱਢੇ ਜਿਹੜਾ ਲੂਣ ਵੇਖ ਲੈਂਦੇ ਹਾਂ, ਜੇ ਪਸੰਦ ਆਇਆ ਤੇ ਬੈਠੇ ਰਹਿਣਗੇ, ਨਹੀਂ ਤੇ ਚਲੇ ਜਾਣਗੇ। ਉਹਨਾਂ ਦੀ ਬੜੀ ਕਿਰਪਾ ਹੋਵੇਗੀ ਕਿ ਉਹ ਪਹਿਲਾਂ ਹੀ ਬੇਸ਼ੱਕ ਚਲੇ ਜਾਣ। ਵਿੱਚੋਂ ਜਿਹੜਾ ਉੱਠਣਾ ਉਹਨਾਂ ਨੇ, ਇਹ ਕਿਸੇ ਕਹਿਣ ਵਾਲੇ ਨਾਲ ਬੜਾ ਭਾਰਾ ਜ਼ੁਲਮ ਹੈ। ਸ੍ਰੀਮਾਨ ਪੰਥ ਰਤਨ ਪ੍ਰਿੰਸੀਪਲ ਗੰਗਾ ਸਿੰਘ ਸਾਹਿਬ ਵਿਆਖਿਆਨ ਦੇ ਰਹੇ ਸਨ ਤੇ ਵਿੱਚੋਂ ਇੱਕ ਸਰੋਤਾ ਉੱਠ ਖਲੋਤਾ, ਮੈਨੂੰ ਮਰੀਆਂ ਤੱਕ ਪ੍ਰਿੰਸੀਪਲ ਸਾਹਿਬ ਦੇ ਸ਼ਬਦ ਨਹੀਂ ਭੁੱਲਣੇ। ਕਹਿਣ ਲੱਗਾ, ਉੱਠਣ ਵਾਲਿਆ ਵੀਰਾ, ਤੇਰੇ ਉੱਠ ਜਾਣ ਨਾਲ ਜਿੰਨਾ ਦੁੱਖ ਮੈਨੂੰ ਹੋਇਆ ਹੈ, ਜੇ ਮੇਰਾ ਪੁੱਤ ਮਰ ਜਾਂਦਾ ਤੇ ਮੈਨੂੰ ਇੰਨਾ ਦੁੱਖ ਨਾ ਹੁੰਦਾ। ਤੂੰ ਮੇਰੇ ਖਿਆਲ ਮੁੰਤਸ਼ਿਰ ਕਰ ਦਿੱਤੇ, ਤੂੰ ਮੇਰਾ ਮਨ ਤੋੜ ਦਿੱਤਾ, ਤੂੰ ਮੇਰੀ ਲੜੀ ਖਰਾਬ ਕਰ ਦਿੱਤੀ। ਸਰੋਤਾ ਬਣਨੇ ਬੜੀਆਂ ਵੱਡੀਆਂ ਭਾਗਾਂ ਦੀ ਗੱਲ ਹੈ। ਬਾਕੀ ਇੱਕ ਗੱਲ ਕਹੀਏ, ਗੁਰਮੁਖ ਪਿਆਰਿਆਂ ਮਹਾਂਪੁਰਸ਼ਾਂ ਸਟੇਜ ਤੋਂ ਬੀਬੀਆਂ ਨੂੰ ਬੱਚਿਆਂ ਦਾ ਜ਼ਰਾ ਧਿਆਨ ਰੱਖਣਾ। ਉਹਦੇ ਵਾਸਤੇ ਮੈਂ ਵੀ ਬੜੀ ਸ਼ਰਧਾ ਭਗਤੀ ਆਦਰ ਸਤਿਕਾਰ ਨਾਲ ਅਰਜ ਕਰਾਂਗਾ ਆਪਣੀਆਂ ਬੱਚੀਆਂ ਅੱਗੇ, ਤੇ ਜਿਹਦਾ ਬੱਚਾ ਰੋ ਕੇ ਜਾਂ ਹੱਸ ਕੇ ਰੌਲਾ ਪਾਵੇ ਉਹਦੇ ਵਾਸਤੇ ਸੁਚੱਜੀ ਸਿਆਣੀ ਦਾਨੀ ਪ੍ਰਧਾਨੀ ਗੱਲ ਇਹ ਹੈ ਭਈ ਉਹ ਛੇਤੀ ਨਾਲ ਉੱਠੇ, ਬੱਚੇ ਨੂੰ ਬਾਹਰ ਲੈ ਜਾਏ, ਆਪ ਉਹ ਸਿਆਣੀ ਸਮਝੀ ਜਾਏਗੀ, ਸੰਗਤ ਦੇ ਰਸ ਵਿੱਚ ਬਿਰਸੀ ਨਹੀਂ ਹੋਵੇਗੀ। ਦੂਜੀ ਵਾਰ ਮੈਂ ਫਿਰ ਤੁਕ ਪੜ੍ਹਦਾ ਹਾਂ, ਸਾਰੇ ਪੜ੍ਹੇ। ਬਿਲਾਵਲ ਰਾਗ ਦਾ ਸ਼ਬਦ ਹੈ ਤੇ ਉਹਦੀ ਦੁੱਖ ਮੈਂ ਤੁਹਾਡੇ ਸਾਹਮਣੇ ਪੜ੍ਹੀ ਹੈ। ਗੁਰਵੱਡ ਭਾਗੀ ਪਾਇਆ ਐਸਾ, ਗੁਰਵੱਡ ਭਾਗੀ ਪਾਇਆ, ਗੁਰਵੱਡ ਭਾਗੀ ਪਾਇਆ ਐਸਾ, ਗੁਰਵੱਡ ਭਾਗੀ ਕਰ ਦੇਣਾ ਭਾਈ, ਮੈਂ ਅੱਜ ਦੇ ਵਾਕਿਆ ਦਾ ਤਾਰੀਖੀ ਪਹਿਲੂ ਨਹੀਂ ਬਿਆਨ ਕਰ ਰਿਹਾ, ਮੈਂ ਸ਼ਰਧਾ ਭਗਤੀ ਦਾ ਪਹਿਲੂ ਬਿਆਨ ਕਰ ਰਿਹਾ। ਸ਼ਬਦ ਦੀਆਂ ਤੁਕਾਂ ਇਸ ਤਰ੍ਹਾਂ ਨੇ ਕਿ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰੂ ਵੱਡੇ ਭਾਗੀ ਪਾਇਆ। ਸਮਝ ਲਈ ਆ ਗੱਲ ਤੁਸੀਂ ਜਿਹੜਾ ਮੈਂ ਇੱਦਾਂ ਆਖਿਆ, ਇਹਦਾ ਮਤਲਬ ਹੈ ਵੀ ਤੁਹਾਡੇ ਵਿੱਚੋਂ ਕਿਸੇ ਦਾ ਬੱਚਾ ਚੇਤ ਮਿਆਂਕ ਪਿਆ, ਇਹਦਾ ਇਹ ਮਤਲਬ ਆ।
ਜਦੋਂ ਮੈਂ ਖੰਗੂਰਾ ਮਾਰਾ ਮਾਈ ਸਮਝ ਲਿਆ ਕਿ ਕੋਈ ਬੱਚਾ ਜ਼ਰੂਰ, ਮੈਂ ਆਖਿਆ ਤਾਂ ਬੁੱਢੇ ਨੇ ਏਦਾਂ ਹਾਂ ਹਾਂ ਕੀਤੀ ਹੈ, ਉਸ ਵੇਲੇ ਉਹਨੂੰ ਸਮਝ ਲੈ। ਐਸੇ ਭੁੱਲੇ ਅਸੀਂ, ਐਸੇ ਭੁੱਲੇ ਤੇ ਚੰਦਰਮਾ ਦੀ, ਸੂਰਜ ਦੀ, ਆਸਮਾਨ ਦੀ, ਧਰਤੀ ਦੀ ਪੂਜਾ ਕਰਨ ਲੱਗ ਪਏ, ਤੇ ਜਿਸਨੇ ਇਹ ਚੀਜ਼ਾਂ ਬਣਾਈਆਂ ਸੀ ਉਹਦੀ ਪੂਜਾ ਛੱਡ ਦਿੱਤੀ। ਤੁਹਾਡੇ ਵਿੱਚੋਂ ਬੜਿਆਂ ਨੇ ਵੇਖਿਆ ਹੋਣਗੇ ਮਾਈ ਭਾਈ, ਜਦੋਂ ਗੱਡੀ ਰੇਲ ਇੰਡੀਆ ਵਿੱਚ ਕਿਸੇ ਪੁਲ ਤੋਂ ਲੰਘਦੀ ਹੈ ਨਾ, ਨਦੀ ਦਰਿਆ ਦੇ ਪੁਲ ਤੋਂ, ਉੱਥੇ ਗਵਰਨਮੈਂਟ ਨੇ ਘੱਟੋ ਘੱਟ 12-14-20 ਲੱਖ ਰੁਪਈਆ ਖਰਚ ਕੀਤਾ ਹੁੰਦਾ ਪੁਲ ਬਣਾਉਣ ਤੇ। ਕੋਠੀਆਂ ਗਾਲੀਆਂ ਹੁੰਦੀਆਂ ਨੇ, ਬੱਜਰੀ ਪਾਈ ਹੁੰਦੀ ਹੈ, ਸਰੀਏ ਪਾਏ ਹੁੰਦੇ ਨੇ, ਬੜੇ ਬੜੇ ਮੋਟੇ ਗਾਦਰ, 3-3 ਇੰਚ ਮੋਟੇ ਕਾਬਲੇ ਨਟ ਬੋਲਟੂ ਕੱਸ ਕੇ ਪੱਕਾ ਪੁਲ ਬਣਾਇਆ ਹੋਇਆ ਹੁੰਦਾ। ਤੇ ਫਿਰ ਕਈ ਇੰਜੀਨੀਅਰ ਆਉਂਦੇ ਨੇ ਗੱਡੀ ਲੋਡ ਕਰਕੇ ਉੱਤੋਂ ਦੀ ਲਗਾ ਦਿੰਦੇ ਨੇ, ਜੇ ਪੁਲ ਨਾ ਕੰਬੇ ਤੇ ਫਿਰ ਉਹ ਦਸਖਤ ਕਰਦੇ ਨੇ ਵੀ ਇਹ ਪੁਲ 300 ਵਰਾ ਨਹੀਂ ਟੁੱਟੇਗਾ, ਬੇਫਿਕਰ ਹੋ ਕੇ ਗੱਡੀਆਂ ਆਉਣਗੀਆਂ। ਪਰ ਸਾਡੀ ਗੱਡੀ ਜਦੋਂ ਉਸ ਪੁਲ ਤੇ ਜਾਂਦੀ ਹੈ, ਸਾਨੂੰ ਗਵਰਨਮੈਂਟ ਦੇ 20 ਕਰੋੜ ਰੁਪਈਏ ਤੇ ਯਕੀਨ ਨਹੀਂ, ਕੋਠੀ ਤੇ ਯਕੀਨ ਨਹੀਂ, ਕਿਸੇ ਗਾਦਰ ਕਿਸੇ ਨੈਟ ਬੋਲਟੂ ਤੇ ਯਕੀਨ ਨਹੀਂ। ਚੱਟ ਗਿਆ ਜੱਦ ਪਾ ਕੇ ਕੱਢ ਕੇ ਛੇਕ ਵਾਲਾ ਪੈਸਾ ਅਰਿੰਦਰਵਾਜ ਮਹਾਰਾਜਾ ਲੈ ਲਓ ਤੇ ਸਾਨੂੰ ਬਾਹਰ ਚਲੇ ਜਾਣ। ਆਪਣੇ ਇੱਕ ਪੈਸੇ ਉੱਤੇ ਵਿਸ਼ਵਾਸ ਕਰਦਾ ਛੇਕ ਵਾਲੇ ਤੇ, ਜਿਹੜਾ ਗਵਰਨਮੈਂਟ ਨੇ 20 ਕਰੋੜ ਲਾਇਆ ਉਹਦੇ ਤੇ ਕੁਛ ਭਰੋਸਾ। ਇੱਡੇ ਅਸੀਂ ਦਰਿਆਵਾਂ ਦੇ ਪੁਜਾਰੀ ਬਣ ਗਏ, ਪਰ ਜਿਨ ਦਰਿਆ ਬਣਾਏ ਸੀ ਉਹਦੀ ਪੂਜਾ ਦਾ ਖਿਆਲ ਹੀ ਨਾ ਰਿਹਾ। ਭੁੱਲੇ ਮਹਾਰਾਜ ਜਿਹਨੇ ਬਤਾਇਆ, ਇਸ ਤਰ੍ਹਾਂ ਸਾਨੂੰ ਭੁੱਲਿਆ ਭਟਕਿਆ ਨੂੰ ਜਿਸਨੇ ਸਿੱਧਾ ਰਾਹ ਦੱਸਿਆ, ਐਸਾ ਗੁਰ ਵੱਡ ਭਾਗੀ ਪਾਇਆ। ਇਹੋ ਜਿਹਾ ਗੁਰੂ, ਸੱਚਾ ਗੁਰੂ, ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ, ਹਾਈ ਮਾਈ ਨਹੀਂ ਲੱਗਦਾ ਇਹ ਗੁਰੂ। ਹਰ ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦੈ ਗੁਰ ਚਰਨ ਪਿਆਰੇ। ਹੇ ਮੇਰੇ ਮਨਾ ਰਮੇ ਹੋਏ ਰਾਮ ਨੂੰ, ਵਿਆਪਕ ਰਾਮ ਨੂੰ, ਜਿਹੜਾ ਹਰ ਜ਼ਰਰੇ ਵਿੱਚ ਪ੍ਰਤਿਪਾਦਨ ਹੈ, ਹਰ ਜ਼ਰਰੇ ਵਿੱਚ ਆਮ ਪਜ਼ੀਰ ਹੈ, ਜਿਹੜਾ ਪੱਤੇ ਪੱਤੇ ਤੇ ਉਹ ਰੇਸ਼ੇ ਵਿੱਚ ਵਸਦਾ ਨਾ, ਉਹਨੂੰ ਸਿਮਰ। ਇੱਕ ਭੁਲੇਖਾ ਕੱਢ ਲਓ ਸਾਰੇ ਸੱਜਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਠ ਆਉਂਦਾ ਹੈ, ਕੋਈ ਜਸਰਤ ਰਾਏ ਨੰਦ ਰਾਜਾ। ਜਸਰਤ ਮੈਨੇ ਦਸ਼ਰਤ, ਰਾਏ ਮੈਨੇ ਬਾਦਸ਼ਾਹ, ਜਸਰਤ ਰਾਏ ਦਸ਼ਰਤ ਰਾਜਾ ਨੰਦ, ਤੇ ਉਸ ਦਸ਼ਰਤ ਰਾਜੇ ਦਾ ਪੁੱਤਰ ਛੇਜਣਾ ਕਰ ਲੈ, ਉਸ ਦਸ਼ਰਤ ਦਾ ਪੁੱਤਰ ਜਿਹਨੂੰ ਰਾਮ ਚੰਦਰ ਕਹਿੰਦੇ ਨੇ, ਜਸਰਤ ਰਾਏ ਨੰਦ। ਇੱਕ ਹੈ ਦਸ਼ਰਥ, ਇੱਕ ਉਹਦਾ ਨੰਦ ਪੁੱਤਰ ਹੈ ਰਾਮ ਚੰਦਰ ਰਾਜਾ। ਤੇ ਜਿਹੜਾ ਰਾਮ ਚੰਦਰ ਦਾ ਰਾਜਾ ਹੈ ਨਾ, ਜਿਸਨੇ ਰਾਮ ਚੰਦਰ ਨੂੰ ਭੇਜਿਆ ਹੈ ਨਾ, ਮੇਰਾ ਰਾਮ ਚੰਦ ਨਾਮ ਦੇ ਵਿੱਚ ਆਦੀ ਇਤਿਹਾਸ ਮਾਰ ਕੇ ਕਹਿੰਦਾ, ਮੇਰਾ ਰਾਮ ਚੰਦ ਉਹ ਹੈ ਜਿਹੜਾ ਰਾਮ ਚੰਦ ਨੂੰ ਵੀ ਭੇਜਦਾ, ਮੇਰਾ ਰਾਮ ਚੰਦ ਉਹ ਹੈ ਜਿਹੜਾ ਕ੍ਰਿਸ਼ਨ ਨੂੰ, ਬ੍ਰਹਮਾ ਨੂੰ, ਸ਼ਿਵਜੀ ਨੂੰ, ਵਿਸ਼ਨੂੰ ਆਦਿਕ ਨੂੰ ਭੇਜਦਾ, ਮੇਰਾ ਉਹ ਰਾਮ ਚੰਦ ਹੈ। ਜਿਹਨਾਂ ਲੋਕਾਂ ਨੇ ਪੁਰਾਣ ਪੜ੍ਹਿਆ ਨੇ ਉਹਨਾਂ ਨੂੰ ਪਤਾ ਹੋਵੇਗਾ, ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਇਆ, ਭਾਈ ਗੁਰਦਾਸ ਨੇ ਉਹਦਾ ਟੀਕਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਾਈ, ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਪਤ ਪੜੀ ਪਛਤਾਨਿਆ, ਨਾਭ ਕਮਲ ਤੇ ਬ੍ਰਹਮਾ ਉਪਜੇ, ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਫੁੱਲ ਜੰਮਿਆ, ਤੇ ਉਸ ਕਮਲ ਫੁੱਲ ਵਿੱਚੋਂ ਬ੍ਰਹਮਾ ਪੈਦਾ ਹੋਇਆ। ਜਿਸ ਵੇਲੇ
ਕਮਲ ਫੂਲ ਵਿੱਚੋਂ ਬ੍ਰਹਮਾ ਪੈਦਾ ਹੋਇਆ ਤੇ ਇਹਨੂੰ ਨਿਕਲ ਗਿਆ, ਹੰਕਾਰ ਹੋ ਗਿਆ। ਹੁਣ ਚਾਰ ਦੇਖ ਕੇ ਬਖਤਾ ਹੈ, ਹਮ ਅਧਿਆਇਤ ਵਾਜ ਕੇ ਬਖਤਾ ਹੈ, ਹਮ ਵਿਦਾਂਤ ਕੇ ਲਾਣੇ ਵਾਲੇ ਹੈ, ਹਮ ਯੇ ਹੈ ਹਮ ਵੋ ਹੈ, ਮੇਰੇ ਵਰਗਾ ਕੋਈ ਨਹੀਂ। ਗਰਵ ਕੀਤਾ, ਹੰਕਾਰ ਕੀਤਾ ਤੇ ਦੇਵ ਨੇਤ ਐਸੀ ਹੋ ਗਈ। ਉਹ ਜਿਹੜਾ ਕਮਲ ਫੂਲ ਹੁੰਦਾ ਨਾ, ਉਹਦੀ ਨਾਲੀ ਹੁੰਦੀ ਹੈ, ਉਹਦੀ ਨਾਲੀ ਦੇ ਤਿੰਨ ਛੇਕ ਹੁੰਦੇ ਨੇ। ਉਸ ਨਾਲੀ ਦੇ ਜਿਸ ਕਮਲ ਫੁੱਲ ਤੋਂ ਜੰਮਿਆ ਸੀ ਨਾ, ਉਸ ਨਾਲੀ ਦੇ ਇੱਕ ਛੇਕ ਵਿੱਚ ਬ੍ਰਹਮਾ ਡਿੱਗ ਪਿਆ ਤੇ ਬ੍ਰਹਮ ਪੁਰਾਣ ਵਿੱਚ ਲਿਖਿਆ ਕਿ 18 ਯੁੱਗ, ਇੱਕ ਇੱਕ ਯੁੱਗ ਦੀ ਲੱਖਾਂ ਵਰ੍ਹੇ ਉਮਰ ਹੈ। 18 ਯੁੱਗ ਉਸ ਕਮਲ ਫੁੱਲ ਦੀ ਨਾਲੀ ਵਿੱਚ ਪਰਮਦਾ ਰਿਹਾ, ਭਟਕਦਾ ਰਿਹਾ, ਆਉਂਦਾ ਰਿਹਾ, ਜਾਂਦਾ ਰਿਹਾ, ਪਰ ਪਤਾ ਨਹੀਂ ਲੱਗਾ ਉਹ ਨਾਲੀ ਕਿੰਨੀ ਕੁ ਲੰਮੀ ਹੈ, ਕਿੰਨੀ ਕੁ ਚੌੜੀ ਹੈ, ਇਹਨੇ ਕਿੱਥੇ ਕੁ ਮੁੱਕਣਾ ਤੇ ਮੁੱਕਣਾ ਤੇ ਨਹੀਂ ਮੁੱਕਣਾ, ਉਸ ਨਾਲੀ ਦੇ ਇੱਕ ਛੇਕ ਦਾ ਪਤਾ ਨਹੀਂ ਲੱਗਾ। ਜਿਸ ਵਾਹਿਗੁਰੂ ਦੇ ਕਮਲ ਫੁੱਲ ਦੀ ਇੱਕ ਨਾਲੀ ਦੇ ਛੇਕ ਦਾ 18 ਯੁੱਗ ਬ੍ਰਹਮਾ ਨੂੰ ਨਹੀਂ ਪਤਾ ਲੱਗਾ, ਉਸ ਵਾਹਿਗੁਰੂ ਨੂੰ ਸਾਹਮਣੇ ਬਿਠਾ ਕੇ ਫਿਰ ਬਾਬੇ ਨਾਨਕ ਨਾਲ ਗੱਲਾਂ ਕਰੋ। ਕੁਦਰਤ ਕੌਣ ਕਹੋ ਵਿਚਾਰ ਵਾਰਿਆ, ਜੋ ਤੁਧ ਗਾਇਆ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਨੰਤ ਵਾਹਿਗੁਰੂ ਜਿਹੜਾ ਪੱਤੇ ਪੱਤੇ ਵਿੱਚ ਕਿਆਮ ਪਜੀਰ ਔਰ ਜਲਵਾ ਨੁਮਾ ਹੈ, ਹਰ ਰਗੋ ਰੇਸ਼ੇ ਵਿੱਚ ਜਿਹੜਾ ਰਹਿੰਦਾ, ਉਸ ਨੂੰ ਸਿਮਰ, ਉਸ ਨੂੰ ਯਾਦ ਕਰ। ਹਰ ਸਿਮਰ ਮਨ ਰਾਮ ਨਾਮ ਚਿਤਾਰ, ਬਸ ਰਹੇ ਹਿਰਦੈ ਗੁਰ ਚਰਨ ਪਿਆਰ। ਉਹ ਜੀਵ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰੇ ਸਤਿਗੁਰੂ ਦੇ ਪਿਆਰੇ ਚਰਨ ਵਸਦੇ ਨੇ, ਜਿਨ੍ਹਾਂ ਦਾ ਹੁਣੇ ਹੁਣੇ ਤੁਸੀਂ ਜ਼ਿਕਰ ਸੁਣਿਆ, ਜਿਸ ਪਿਆਰੇ ਸਤਿਗੁਰੂ ਦੀ ਬਾਣੀ ਤੁਸੀਂ 48 ਕਵਿਤਾ ਸੁਣੀ, ਆਰਤੀ ਸੁਣੀ, ਸਵਈਆਂ ਦਾ ਪਾਠ ਸੁਣਿਆ, ਅਨੰਤ ਬਾਣੀ ਸੁਣੀ, ਬਸ ਰਹੇ ਹਿਰਦੈ ਗੁਰ ਚਰਨ ਪਿਆਰ। ਕਾਮ ਕ੍ਰੋਧ ਲੋਭ ਮੋਹ ਮਨ ਲੀਨ, ਮਨੁੱਖਾਂ ਦਾ ਮਨ ਕਾਮ ਵਿੱਚ ਲੀਨ ਹੈ। ਮੈਂ ਲੰਡਨ ਇੱਕ ਮੌਜ ਵੇਖੀ, ਉਹਨਾਂ ਬੜਾ ਹੈਰਾਨ ਹੋਇਆ। ਉੱਥੇ ਇੱਕ ਬੀਬੀ ਆਈ, ਕੀਤੀ ਉਹਨੇ ਬਾਂਹ ਲੰਮੀ, ਇੱਕ ਗੀਤ ਗਾਇਆ ਉਹਨੇ ਵਾਹ ਯਾਦ ਗਿਆ, ਤੇ ਇੱਕ ਮੇਰੇ ਵਰਗੇ ਦਾ ਬੁੱਢਾ, ਮੇਰੀ ਦਾੜੀ ਜਿਹੜੇ ਉਹਦੇ ਕੋਈ ਕੋਈ ਕਾਲਾ ਕਾਲਾ ਹੈ, ਉਹਦੇ ਵਿੱਚ ਕੋਈ ਵੀ ਨਾ ਕਾਲਾ ਸੀ, ਇੱਥੇ ਮੇਰੇ ਸੱਜੇ ਪਾਸੇ ਬੈਠਾ, ਜਿਹਦੇ ਉਹਨੇ ਕਹਿ ਕੇ ਉਹ ਜੀ ਬਾਂਹ ਲਾ ਕੇ ਹੋਏ ਤੇ ਬਾਂਹ ਥਾਂ ਸੁੱਟੀ, ਤੇ ਮੈਨੂੰ ਕਹਿੰਦਾ ਭਾਈ ਜੀ ਆਹ ਜਿਹੜੀ ਚੌਂਕ ਸੁੱਟੀ ਹੈ ਆਨੰਦ ਕਰ ਦਿੱਤਾ। ਨਿਹਾਲ ਕਰਤਾ, ਮੈਂ ਕਿਹਾ ਬੁੱਢਾ ਜਵਾਨੀ ਵੇਲੇ ਨਿਹਾਲ ਹੋਣਾ ਨਹੀਂ ਹਟਦਾ, ਬੁੱਢੇ ਵੇਲੇ ਨਿਹਾਲ ਹੋਣਾ ਨਹੀਂ ਹਟਦਾ, ਜਵਾਨੀ ਚੱਲਾ ਜਾਣੇ ਤੂੰ ਕੀ ਕਰਦਾ ਰਿਹਾ, ਤੈਨੂੰ ਹੋ ਜਾਵੀ ਨਿਹਾਲ ਹੋਣ ਨਾਲ ਹੀ ਵਾਸਤਾ, ਤੈਨੂੰ ਹੋ ਜਾਵੀ ਬਾਣੀ ਸਮਝ ਵਿੱਚ ਨਾ ਆਈ। ਕਾਮ ਵਿੱਚ ਆਦਮੀ ਮਸਤ ਹੈ, ਕ੍ਰੋਧ ਵਿੱਚ ਆਦਮੀ ਮਸਤ ਹੈ, ਯੋਗ ਵਿੱਚ ਆਦਮੀ ਦਾ ਮਨ ਮਸਤ ਹੈ, ਮੋਹ ਵਿੱਚ ਆਦਮੀ ਦਾ ਮਨ ਮਸਤ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਭਾਈ ਉਸ ਗੁਰੂ ਨੂੰ ਮੱਥਾ ਟੇਕੋ ਕਿ ਜਿਸਨੇ ਬੰਧਨ ਕਾਟ ਮੁਕਤ ਗੁਰ ਕੀਤਾ, ਜਿਸ ਗੁਰੂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਕੱਟ ਕੇ ਸਾਨੂੰ ਮੁਕਤ ਰੂਪ ਬਣਾ ਦਿੱਤਾ, ਉਸ ਗੁਰੂ ਤੋਂ ਸੜਕੇ ਜਾਓ। ਗੁਰੂ ਵੱਟ ਵਾਗੇ ਪਾਇਆ ਐਸਾ, ਗੁਰੂ ਵੱਟ ਵਾਗੇ ਪਾਇਆ, ਗੁਰੂ ਵੱਟ ਵਾਗੇ ਪਾਇਆ ਐਸਾ, ਗੁਰੂ ਵੱਟ ਵਾਗੇ ਪਾਇਆ, ਗੁਰੂ ਵੱਟ ਵਾਗੇ ਭੁੱਖਾ ਕੋਈ ਨਹੀਂ, ਸਭ ਕੀ ਗਠੜੀ ਲਾਲ,
ਆਹ ਪੁੱਛਿਆ ਕੋਈ ਬੰਦਾ ਭੁੱਖਾ ਨਹੀਂ, ਹਰ ਬੰਦੇ ਦੀ ਗਠੜੀ ਵਿੱਚ ਲਾਲ ਹੈ, ਵਾਹਿਗੁਰੂ ਦਾ ਨਾਮ ਹਰ ਦੇ ਹਿਰਦੇ ਚ ਮੌਜੂਦ ਹੈ, ਵਾਹਿਗੁਰੂ ਦੇ ਨਾਮ ਦਾ ਹੀਰਾ ਹਰ ਦੇ ਅੰਦਰ ਮੌਜੂਦ ਹੈ, ਪਰ ਬਾਂਝ ਖੋਲ ਨਹੀਂ ਜਾਣਤਾ, ਇਹ ਬਿੱਦ ਫਿਆ ਚੰਗਾ, ਇਹਨੂੰ ਬੰਦ ਨਹੀਂ ਖੋਲਣੀ ਹੋਈ, ਅੰਦਰ ਵਸਦੇ ਨਾਲ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਇਸ ਕਰਕੇ ਭੁੱਖਾ ਹੈ, ਕੰਗਾਲ ਹੈ, ਰੋਂਦਾ ਫਿਰ ਉਸੇ ਭੀਖੇ ਦਾ ਬਚਨ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਉਹ ਕਹਿੰਦਾ ਭੀਖਾ ਵੋ ਜਨ ਕੌਣ ਹੈ ਜੋ ਗੁਰ ਕੋ ਕਹਤੇ ਔਰ ਸਾਰੇ ਰੂਠੇ ਗੁਰ ਮਿਲਦਾ ਗੁਰ ਰੂਠੇ ਨਹੀਂ ਚਾਹੇ, ਜੇ ਵਾਹਿਗੁਰੂ ਰੁਸ ਜਾਏ ਤੇ ਗੁਰੂ ਮਿਲਾ ਜਾਏਗਾ, ਪਰ ਜੇ ਗੁਰੂ ਰੁਸ ਜਾਏ ਤੇ ਦਵਾਈ ਰੱਬ ਦੀ ਵਾਹਿਗੁਰੂ ਨਾਲ ਮਿਲਾਪ ਕਰਵਾਉਣ ਵਾਲਾ ਕੋਈ ਨਹੀਂ, ਗੁਰੂ ਵੱਟ ਵਾਗੀ ਪਾਇਆ ਸਾ ਗੁਰੂ ਵੱਟ ਵਾਗੀ ਪਾਇਆ ਗੁਰੂ ਵੱਟ ਵਾਗੀ ਪਾਇਆ ਐਸਾ ਗੁਰੂ ਵੱਟ ਵਾਗੀ ਪਾਇਆ ਗੁਰੂ ਵੱਟ ਥਾਪੜਾ ਬਹਿਗਾ ਮੇਰੇ ਸਿਰ ਦੇ ਉੱਤੇ ਹੱਥ ਘੁਮਾਵੇਗਾ ਤੇ ਮੈਨੂੰ ਕੋਈ ਵਰ ਬਹਿਗਾ ਕੋਈ ਅਸ਼ੀਰਵਾਦ ਬਹਿਗਾ, ਤੇ ਸਭਨ ਦਾ ਫਾਇਦਾ ਇਹ ਸੀ ਕਿ ਜਦੋਂ ਕੋਈ ਦੇਵੀ ਬੱਚੀ ਪ੍ਰਣਾਮ ਕਰਨ ਆਵੇ ਹਜ਼ੂਰ ਕੋਲ ਤੀਰ ਹੁੰਦਾ ਸੀ, ਉਹ ਤੀਰ ਉਹਦੇ ਸਿਰ ਤੇ ਰੱਖ ਦਿੰਦੇ ਸਨ, ਜਿਹਦਾ ਮਤਲਬ ਸੀ ਕਿ ਜਾ ਤੂੰ ਨਿਹਾਲ। ਚੰਦਰਵਾਲੀ ਰਾਣੀ ਦੇ ਸਿਰ ਤੇ ਵੀ ਹਜ਼ੂਰ ਨੇ ਤੀਰ ਰੱਖ ਦਿੱਤਾ, ਰਾਣੀ ਨੂੰ ਤਸੱਲੀ ਨਾ ਹੋਈ, ਕਹਿਣ ਲੱਗੀ ਮਹਾਰਾਜ ਮੇਰੇ ਮਨ ਦੀ ਇੱਛਾ ਮੇਰੀ ਕੰਡ ਤੇ ਆਪਣੇ ਹੱਥ ਫੇਰੋ, ਮੇਰੇ ਸਿਰ ਤੇ ਆਪਣੇ ਹੱਥ ਫੇਰੋ, ਅਸ਼ੀਰਵਾਦ ਦਿਓ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਵਾਬ ਦਿੱਤਾ ਸੀ, ਬੇਟਾ ਰਾਣੀ ਹੈ ਚੰਬੇ ਦੀ ਮਾਲਕ, ਇਹ ਜਿਹੜੇ ਮੇਰੇ ਹੱਥ ਨੇ ਨਾ, ਇਹ ਜੇ ਕਦੇ ਕਿਸੇ ਦੇ ਬਦਲ ਨਾਲ ਛੂਏ ਨੇ ਤੇ ਉਹ ਕੇਵਲ ਮੇਰੀ ਇਸਤਰੀ ਹੀ ਹੋ ਸਕਦੀ ਹੈ, ਕਿਸੇ ਦੂਜੀ ਦੇਵੀ ਦੇ ਬਦਲ ਨਾਲ ਕਦੇ ਛੂਏ। ਇਹਨਾਂ ਹੱਥਾਂ ਨੇ ਕਿਸੇ ਦੂਜੀ ਲੜਕੀ ਦੇ ਸਿਰ ਨੂੰ ਟੱਚ ਕਰਕੇ ਨਹੀਂ ਵੇਖਿਆ, ਇਸ ਕਰਕੇ ਮੈਂ ਮਜਬੂਰ ਹਾਂ, ਮੈਂ ਤੀਰ ਨਾਲ ਉਤਰ, ਯਾਨੀ ਸਭਿਅਤਾ ਦੀ ਪੁਤਲੀ। ਗੁਰੂ ਗੋਬਿੰਦ ਸਿੰਘ ਸਾਹਿਬ ਇਖਲਾਕ ਦਾ ਮੁਜੱਸਮਾ, ਇਖਲਾਕ ਦੀ ਤਸਵੀਰ, ਇਹਦੀ ਇਖਲਾਕ ਦੀ ਤਸਵੀਰ। ਮਹਾਰਾਜ ਆਪ ਦੁਕਾਨੀ ਕਹਿੰਦੇ ਨੇ ਸ਼ੁੱਧ ਜਦ ਤੇ ਧਾਮ ਧਰੀ ਬਚਨ ਗੁਰ ਦੇ ਹਮਾਰ। ਜਦੋਂ ਮੈਂ ਹੋਸ਼ ਹਵਾਸ ਵਿੱਚ ਆਇਆ ਤੇ ਮੇਰੇ ਪਿਤਾ ਗੁਰੂ ਨੇ ਮੈਨੂੰ ਉਪਦੇਸ਼ ਕੀਤਾ ਕਿ ਪੁੱਤ ਇਹ ਪ੍ਰਣ ਤੋਂ ਪ੍ਰਣ ਜਦ ਲੋ ਘੱਟ ਸਾਰੇ, ਬੇਟਾ ਜਿੰਨਾ ਚਿਰ ਤੇਰੀ ਕਾਇਆ ਚ ਪ੍ਰਾਣ ਨੇ ਉਨਾ ਚਿਰ ਤੇਰਾ ਪ੍ਰਣ ਹੋਣਾ ਚਾਹੀਦਾ, ਤੇਰਾ ਪ੍ਰਣ ਹੋਣਾ ਚਾਹੀਦਾ, ਤੇਰਾ ਐਦਨਾਮਾ ਹੋਣਾ ਚਾਹੀਦਾ, ਤੇਰਾ ਇਕਰਾਰ ਹੋਣਾ ਚਾਹੀਦਾ। ਮੈਂ ਪੁੱਛਿਆ ਪਿਤਾ ਜੀ ਕੀ ਇਕਰਾਰ, ਤੇ ਮੇਰੇ ਪਿਤਾ ਜੀ ਕਹਿਣ ਲੱਗੇ ਨਿਜ ਮਾਰੀ ਕੇ ਸੰਗ ਨੇ ਹੁਕਮ ਨਿਤ ਬੜਾਈਏ। ਆਪਣੀ ਇਸਤਰੀ ਨਾਲ ਜਿਹਦੇ ਨਾਲ ਚਾਰ ਲਾਵਾਂ ਲਈਆਂ ਨੇ ਹਜ਼ਾਰ ਬੰਦੇ ਦੇ ਸਾਹਮਣੇ, ਉਹਦੇ ਨਾਲ ਸੱਚਾ ਪਿਆਰ ਸੱਚੀ ਮੁਹੱਬਤ ਵਧਾਉਣੀ, ਇਹ ਤੇਰਾ ਇਖਲਾਸ ਹੈ, ਇਹ ਤੇਰਾ ਫਰਜ਼ ਹੈ, ਔਰ ਫਰਜ਼ ਅਬਦੀ ਹੈ। ਨਿਜ ਮਾਰੀ ਕੇ ਸੰਗ ਨੇ ਹੁਕਮ ਨਿਤ ਬੜਾਈਏ, ਪਰ ਨਾਰੀ ਕੀ ਸੇਜ ਭੂਲ ਸੁਖਦੇ ਹੋ ਗਏ। ਮੇਰੇ ਪਿਤਾ ਦਾ ਉੱਤਮ ਉਪਦੇਸ਼ ਹੈ, ਪਰਾਈ ਇਸਤਰੀ ਦੀ ਸੇਜਾ ਅਲਕ ਦੇ ਸੁਪਨੇ ਚ ਵੀ ਤੇਰਾ ਧਿਆਨ ਨਾ ਜਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਓ, ਪਰ ਨਾਰੀ ਕੇ ਭਜੇ ਮੂੰਡ ਦਸ ਮੂੰਡ ਕਟਾਓ, ਪਰ ਨਾਰੀ ਵੱਲ ਬੁਰੀ ਨਜ਼ਰ ਕਰਨ ਨਾਲ ਚੰਦਰਮਾ ਕਲੰਕੀ ਹੋ ਗਿਆ, ਪਰ ਨਾਰੀ ਨਾਲ ਬੁਰੀ ਨਜ਼ਰ ਕਰਨ ਨਾਲ ਰਾਵਣ ਦੇ ਦਸ ਸਿਰ ਵੱਢੇ ਗਏ। ਇਹੋ ਜਿਹਾ ਗੁਰੂ ਵੱਡਿਆਂ ਧਾਗਾ ਨਾਲ ਮਿਲਦਾ, ਉਹ ਅਨੰਦਪੁਰ ਰਹਿੰਦਾ।
ਆਨੰਦਪੁਰ ਦਾ ਜੰਗ ਇੱਕ ਦੋ ਤਿੰਨ ਚਾਰ ਹਫ਼ਤੇ ਨਹੀਂ ਹੋਇਆ, ਇੱਕ ਦੋ ਤਿੰਨ ਚਾਰ ਮਹੀਨੇ ਨਹੀਂ ਹੋਇਆ, ਇਹ ਬੜਾ ਲੰਬਾ ਜੰਗ ਸੀ। ਜਿਹਨਾਂ ਸੱਜਣਾਂ ਨੇ ਆਨੰਦਪੁਰ ਦੇ ਕਿਲ੍ਹੇ ਨੂੰ ਸਿਆਸੀ ਨੁਕਤਾ ਨਜ਼ਰ ਨਾਲ ਵੇਖਿਆ ਨਾ, ਉਹ ਮੂੰਹ ਚੁੰਗਲੀਆਂ ਪਾ ਲੈਂਦੇ। ਵੱਡਾ ਦਰਵਾਜ਼ਾ ਜਿਹੜਾ ਉਹ ਆਉਂਦਾ ਨਾ ਬਾਗ ਵੱਲੋਂ ਵੀ, ਇੱਕ ਛੋਟਾ ਦਰਵਾਜ਼ਾ ਹੈ ਜਿਹੜਾ ਦਰਿਆ ਵੱਲੋਂ ਵੀ ਆਉਂਦਾ। ਉਸ ਪਾਸਿਓਂ ਦੀ ਵੇਖੀਏ ਤੇ ਤਿੰਨ ਬਾਹੀਆਂ ਕਿਲ੍ਹੇ ਦੀਆਂ ਪਹਾੜਾਂ ਨੇ ਰੋਕੀਆਂ ਨੇ, ਦੁਸ਼ਮਣ ਦਾ ਜ਼ੋਰ ਨਹੀਂ ਪੈ ਸਕਦਾ। ਚੌਥੀ ਬਾਹੀ ਵੱਲ ਦਰਿਆ ਹੈ, ਦੁਸ਼ਮਣ ਦਾ ਜ਼ੋਰ ਨਹੀਂ ਪੈ ਸਕਦਾ। ਤੇ ਸਾਹਿਬਾਂ ਨੇ ਸਿੱਖਾਂ ਨੂੰ ਲਾ ਕੇ ਚੌਥੀ ਬਾਈ ਵੱਲ ਜੋ ਮਿੱਟੀ ਪਵਾਉਣੀ ਸ਼ੁਰੂ ਕੀਤੀ, ਜੋ ਮਿੱਟੀ ਪਵਾਉਣੀ ਸ਼ੁਰੂ ਕੀਤੀ, ਉੱਥੇ ਇੱਕ ਪਹਾੜ ਜਿਹਾ ਹੀ ਬਣਾ ਦਿੱਤਾ, ਅੰਦਰ ਇੱਕ ਬੌਲੀ ਬਣਾਈ ਹੈ। ਜਿੰਨੀ ਫੌਜ ਕਿਲ੍ਹੇ 'ਚ ਸਮਾ ਸਕੇ, ਲੋੜ ਹੈ ਤੇ ਸਾਰੀ ਦੀ ਸਾਰੀ ਫੌਜ ਬੌਲੀ ਵਿੱਚ ਸਮਾ ਜਾਂਦੀ ਹੈ, ਉਹਦੀਆਂ ਪੌੜੀਆਂ 'ਚ, ਕੁਝ ਪੌੜੀਆਂ 'ਚ, ਕੁਝ ਦੋਵੇਂ ਪਾਸੇ ਗੈਲਰੀ ਬਣਾਈ ਹੋਈ ਹੈ ਉਹਦੇ, ਤੇ ਉਹ ਬੌਲੀ ਉੱਤੋਂ ਛੱਡੀ ਜਾਣੀ ਹੈ। ਉੱਤੇ ਦੀਵਾਨ ਵੀ ਲੱਗਿਆ ਰਹਿੰਦਾ, ਫੌਜਾਂ ਹੇਠਾਂ ਆਪਣਾ ਕਾਰੋਬਾਰ ਕਰਦੀਆਂ ਰਹਿੰਦੀਆਂ। ਕੋਈ ਐਸਾ ਅਜੀਬ ਜਿਹਾ ਕਿਲ੍ਹਾ ਹੈ, ਉਸ ਕਿਲ੍ਹੇ ਵਿੱਚ ਰਹਿੰਦਿਆਂ ਸਿੱਖਾਂ ਦਾ ਰਾਸ਼ਨ ਮੁੱਕ ਗਿਆ। ਮੋਟੀਆਂ ਮੋਟੀਆਂ ਗੱਲਾਂ ਕਰਾਂਗਾ, ਤੇ ਥੋੜ੍ਹਾ ਤੇ ਕਥਾ ਬੜੀ ਲੰਮੀ। ਤੇ ਸਿੱਖਾਂ ਨੇ ਅਧੀਰ ਹੋ ਕੇ, ਕਮ ਹੌਸਲਾ ਹੋ ਕੇ ਇੱਕ ਗੱਲ ਸਭ ਸਿੱਖੇ, ਪੜ੍ਹੇ ਲਿਖੇ ਕੇ ਅਨਪੜ੍ਹ ਧੀਆਂ ਭੈਣਾਂ ਬੱਚੀਆਂ ਵਡੇਰੀਆਂ ਮੇਰੀਆਂ ਮਾਵਾਂ ਭੈਣਾਂ ਸਭ ਨੋਟ ਕਰੋ, ਮੈਂ ਸਿੱਖ ਧਰਮ ਨੂੰ ਦਲੀਲ ਦਾ ਧਰਮ ਨਹੀਂ ਮੰਨਦਾ। ਸਿੱਖ ਧਰਮ ਨੂੰ ਮੈਂ ਦਲੀਲ ਦਾ ਧਰਮ ਨਹੀਂ ਮੰਨਦਾ। ਦਲੀਲ ਤੇ ਮੈਂ ਸਮਝਣਾ ਇੱਕ ਟਕਾਉਂਸਲਾ, ਇੱਕ ਗੱਪ ਮਾਹੌਲ। ਅੱਛਾ, ਤੁਹਾਡੇ ਕੋਲ ਕੋਈ ਬੜਾ ਦਲੀਲ ਬਾਜ ਆ ਜਾਏ, ਉਹ ਦਲੀਲਾਂ ਦੇ ਕੇ ਸਿੱਧ ਕਰਦੇ ਤੇ ਕੇਸਾਂ ਦੀ ਕੋਈ ਲੋੜ ਨਹੀਂ, ਕੇਸ ਨਹੀਂ ਰੱਖਣੇ ਚਾਹੀਦੇ। ਦਾੜੀ ਤੇਲ ਕਿ ਲੰਮੀ ਹੋ ਜਾਂਦੀ ਹੈ, ਸਾਬਣ ਬਹੁਤਾ ਲੱਗਦਾ ਹੈ, ਤੇਲ ਬਹੁਤਾ ਲੱਗਦਾ, ਧੋਂਦਿਆਂ ਚਿਰ ਵੀ ਬਹੁਤਾ ਲੱਗਦਾ, ਛੇਕ ਇਸੇ ਕਰਕੇ ਹੀ ਕੰਗਾ ਹਾਲ ਮੈਨੂੰ ਦਲੀਲਾਂ ਚਾਹੀਦਾ। ਇਹ ਅਸੀਂ ਵੀ ਨਹੀਂ ਕੇਸ ਵੀ ਲਾਉਂਦੇ ਨੇ, ਸਾਬਣ ਵੀ ਬਹੁਤਾ ਲੱਗਦਾ, ਤੇਲ ਵੀ ਲਾਉਣਾ ਪੈਂਦਾ, ਚਿਰ ਵੀ ਬੜਾ ਲੱਗਦਾ, ਇਸੇ ਕਰਕੇ ਹੀ ਨੰਗੇ ਭੁੱਖੇ ਰਹਿੰਦੇ ਨੇ, ਦਲੀਲਾਂ ਦੇਈਦਾ। ਕੀ ਤੁਹਾਡਾ ਖਿਆਲ ਹੈ, ਡੇਢ ਘੰਟਾ ਕਈ ਦਲੀਲਾਂ ਦੇਣ ਦੇ ਬਾਅਦ ਤੁਹਾਡਾ ਖਿਆਲ ਹੈ ਕੋਈ ਐਸਾ ਸਿੱਖ ਜੰਮ ਪਏ ਤਾਂ ਭਾਈ ਤਾਰੂ ਸਿੰਘ ਵਰਗਾ ਜਿਹੜਾ ਉੱਠ ਕੇ ਆ ਕਹਿੰਦੇ ਮੈਂ ਤੇਰੀਆਂ ਦਲੀਲਾਂ ਨੂੰ ਮੰਨ ਗਿਆ ਤੇ ਮੈਂ ਹੁਣ ਕੇਸ ਮਨਾ ਦੇਣੇ ਨੇ, ਕੋਈ ਤਾਰੂ ਸਿੰਘ ਵਰਗਾ ਕੇਸ ਮਨਾ ਦੇਗਾ? ਭਾਈ ਮਨੀ ਸਿੰਘ ਵਰਗਾ ਸਿੱਖੀ ਵਾਸਤੇ ਦੰਦ ਦੰਦ ਕਟਾ ਲੈਣ ਵਾਲਾ ਉਹਦੀਆਂ ਦਲੀਲਾਂ ਨੂੰ ਮੰਨ ਕੇ ਕੇਸ ਮਨਾ ਦੇਗਾ? ਕੋਈ ਬੰਦਾ ਸਿੰਘ ਬਹਾਦਰ ਵਰਗਾ ਆਪਣੇ ਪੁੱਤਰ ਦੇ ਮਾਸ ਦੀ ਬੋਟੀ ਮੂੰਹ ਵਿੱਚ ਪਵਾ ਕੇ ਫਿਰ ਸਿੱਖੀਓ ਨਾਲ ਬੋਲਣ ਵਾਲਾ ਉਹ ਕੇਸ ਮਨਾ ਦੇਗਾ? ਜੇ ਨਹੀਂ ਮਨਾਵੇਗਾ ਤੇ ਦਲੀਲ ਦਾ ਮੁੱਲ ਕੀ ਰਿਹਾ? ਖੇਲ ਕੁਛ ਹੋਇਆ ਤੇ ਕੌਂਸਲਰ ਹੈ ਨਾ, ਤਾਂ ਵੀ ਜ਼ਿਆਦਾ ਕੀਤਾ ਨਾ ਕਰਦਾ ਨੇ। ਫਿਰ ਤੁਸੀਂ ਪੁੱਛੋਗੇ ਤੂੰ ਸਿੱਖ ਧਰਮ ਨੂੰ ਕੀ ਮੰਨਣਾ? ਪਿਆਰੇ, ਮੈਂ ਸਿੱਖ ਧਰਮ ਨੂੰ ਮੰਨਣਾ ਸਿਰਕ ਦਾ ਧਰਮ, ਸਿੱਖੀ ਹੈ ਸਿਦਕ, ਜਿਹਦਾ ਸਿਰਕ ਕਾਇਮ ਹੈ ਉਹਦੀ ਸਿੱਖੀ ਕਾਇਮ ਹੈ, ਜਿਹਦਾ ਸਿਰਕ ਬੋਲ ਗਿਆ ਉਹਦੀ ਸਿੱਖੀ ਬੋਲ ਗਈ। ਜਿਸ ਕਾਕੀ ਦਾ, ਜਿਸ ਬੱਚੀ ਦਾ, ਜਿਸ ਦੇਵੀ ਦਾ ਆਪਣੇ ਪਤੀ ਦੇ ਉੱਤੇ ਸਿਦਕ ਕਾਇਮ ਹੈ, ਗੁਆਂਢੇ ਆ ਕੇ ਨਹੀਂ ਉਹਦੇ ਤੇ ਦੰਦ ਬੜੇ ਉੱਚੇ ਤੇ ਗੱਲ ਕਰ ਦੇਖਾਂਗਾ ਮੇਰੇ ਪਤੀ ਤੋਂ ਮੁੜ ਕੇ ਨੁਕਤਾ ਚੀਨੀ ਨਾ ਕਰੀ, ਇਹ ਮੇਰਾ ਵਿਸ਼ਨੂੰ, ਇਹ ਮੇਰਾ ਭਗਵਾਨ ਹੀ, ਇਹ ਮੇਰੀ ਇੱਜ਼ਤ ਆਬਰੂ ਦਾ ਮਾਲਕ ਹੀ, ਕਰਕੇ ਮੇਰੇ ਪਤੀ ਦੀ ਜਾਤ ਉੱਤੇ ਕੋਈ ਹਮਲਾ ਕੀਤਾ, ਸਿਰਕ ਕਾਇਮ, ਉਹਦਾ ਪਤੀਬਰਤਾ ਧਰਮ ਕਾਇਮ ਹੈ। ਤੇ ਯੂਸੁਫ ਵਰਗਾ ਹੋਵੇ ਕਦੀ, ਸਭ ਕੁਛ ਲੰਮਾ ਜਵਾਨ ਹੋਵੇ, ਮੋਟੀਆਂ ਮੁੱਛਾਂ ਹੋਣ, ਮੋਟੀਆਂ ਹੱਥਾਂ ਹੋਣ, ਚੌੜਾ ਮਸਤਕ ਹੋਵੇ, ਸਾਹਮਣੇ ਵੇਖਿਆ ਨਾ ਜਾਵੇ, ਉਹਦੇ ਉੱਤੇ ਜਿਸ ਲੜਕੀ ਦਾ ਸਿਰਕ ਬੋਲ ਜਾਏ ਤੇ ਉਹ ਬਾਜ਼ਾਰ ਵਿੱਚ ਆਪਣਾ ਤਨ ਵੇਚਦੀ ਕਰੇ, ਉਹਦੀ ਸੁੰਦਰਤਾ ਨੂੰ ਕੀ ਕਰਨਾ? ਖੇਡੇ ਗਿਆ ਉਹਦਾ ਸਿਰਕ ਬੋਲ ਗਿਆ, ਜਿਹਦਾ ਸਿਰਕ ਬੋਲ ਗਿਆ ਉਹਦਾ ਪਤੀਬ੍ਰਤਾ ਧਰਮ ਬਰਬਾਦ ਹੋ ਗਿਆ। ਸਿੱਖ ਧਰਮ ਸਿਰਕ ਦਾ ਧਰਮ,
ਜਿਹਨਾਂ ਦਾ ਸਿਰਕ ਤਰ੍ਹਾਂ ਕੰਬਿਆ ਨਾ, ਉਹਨਾਂ ਨੇ ਆਖਿਆ ਗੁਰੂ ਜੀ ਕਿਲਾ ਛੱਡ ਦਿੱਤਾ, ਸਾਡੇ ਕੋਲ ਭੁੱਖਿਆ ਕੋਲ ਲੜਿਆ ਨਹੀਂ ਜਾਂਦਾ, ਬੜਾ ਚਿਰ ਹੋਇਆ ਮੁਕਾਬਲਾ ਕਰਦੇ ਹਾਂ, ਅੰਨ ਮੁੱਕ ਗਿਆ ਹੈ, ਛੇਕ ਹੈ ਕਾਲੇ ਦੇ ਦਰਖਤਾਂ ਦੇ। ਇਤਿਹਾਸ ਵਿੱਚ ਇਉਂ ਵੀ ਜ਼ਿਕਰ ਆਇਆ ਕਿ ਸਿੱਖਾਂ ਨੇ ਘੋੜੇ ਮਾਰ ਮਾਰ ਵੀ ਖਾਧੇ ਆਨੰਦਪੁਰ ਦੇ ਕਿਲੇ। ਮਹਾਰਾਜ ਕਿਲਾ ਛੱਡ ਦਿਓ, ਤੇ ਮੇਰਾ ਇਤਿਹਾਸ ਇਹ ਗੱਲ ਦੱਸਦਾ ਕਿ ਸਭਾਂ ਨੇ ਇੱਕੋ ਜਵਾਬ ਦਿੱਤਾ ਸੀ, ਸਿੱਖੋ ਨਿਰੰਕਾਰ ਦਾ ਧਿਆਨ ਕਰਕੇ ਅੱਠ ਦਿਨ ਖਲੋ ਜਾਓ, ਅੱਠ ਦਿਨ। ਇਹ ਸਮਰੱਥ ਗੁਰੂ ਦੀ ਗੱਲ ਸੀ, ਪਰ ਸਾਡਾ ਸਿਰਕ ਨਾ ਹੋ ਰਿਹਾ, ਸਾਨੂੰ ਤਾਂ ਪਤਾ ਹੀ ਨਾ ਰਿਹਾ ਕਿ ਗੁਰੂ ਸਮਰੱਥ ਹੈ ਕਿ ਨਹੀਂ। ਅਸੀਂ ਤਾਂ ਬੋਲ ਗਏ, ਕੰਬ ਗਏ। ਸਿੱਖਾਂ ਦਾ ਇਹਦਾ ਸਿਰਕ ਕੰਬਿਆ ਕਿ ਇਹਨਾਂ ਜਾ ਕੇ ਮਾਤਾ ਜੀ ਨੂੰ ਕਿਹਾ, ਮਾਤਾ ਗੁਜਰੀਏ ਤੂੰ ਆਪਣੇ ਲਾਲ ਨੂੰ ਕਹ, ਤੂੰ ਆਪਣੇ ਸੁੱਖਾਂ ਲੱਗੇ ਨੂੰ ਆਸ, ਤੇਰਾ ਕਹਿਣਾ ਉਹਨੇ ਜ਼ਰੂਰ ਮੰਨ ਲੈਣਾ ਤੇ ਕਿਲਾ ਛੱਡ ਲੈ। ਹੁਣ ਭੁੱਖਿਆਂ ਕੋਲੋਂ ਲੜਿਆ ਨਹੀਂ ਜਾ, ਖੰਡੇ ਨਹੀਂ ਚਲਾਏ ਜਾਂਦੇ, ਉੱਠਣਾ ਬੈਠਣਾ ਮੁਸ਼ਕਲ ਹੋ ਗਿਆ। ਤੇ ਸਰਕਾਰ ਨੇ ਮਾਂ ਜੀ ਨੂੰ ਵੀ ਇਹੋ ਜਵਾਬ ਦਿੱਤਾ ਸੀ, ਮਾਤਾ ਜੀ ਅੱਠ ਦਿਨ ਹੋਰ ਖਲੋ ਜਾ, ਗੁਰੂ ਨਾਨਕ ਭਾਜੀ ਕਰੇ ਅੱਠ ਦਿਨ ਹੋਰ ਖਲੋ ਜਾ, ਨਿਰੰਕਾਰ ਤੁਹਾਡਾ ਭਲਾ ਕਰੇ। ਪਰ ਜਿਹਨਾਂ ਦਾ ਸਿਦਕ ਕੰਬ ਗਿਆ ਸੀ ਉਹ ਮੰਨੇ, ਮਾਂ ਜੀ ਨੂੰ ਬਹੁਤਾ ਮਜਬੂਰ ਕੀਤਾ, ਟੋਲਿਆਂ ਦੇ ਟੋਲੇ ਬਣ ਕੇ ਸਤਿਗੁਰਾਂ ਕੋਲ ਆਉਣ ਲੱਗ ਪਏ। ਆਖਿਰ ਇੱਕ ਦਿਨ ਸਤਿਗੁਰਾਂ ਨੇ ਇਹ ਗੱਲ ਕਹੀ ਸੀ ਕਿ ਪਿਆਰੋ ਘਰਾਂ ਦੇ ਤੁਹਾਨੂੰ ਛੱਡਣ ਨਹੀਂ ਸੀ ਗਏ, ਘਰਾਂ ਦੇ ਤੁਹਾਨੂੰ ਲੈਣ ਨਹੀਂ ਸੀ ਗਏ, ਇਹ ਬਾਬੇ ਨਾਨਕ ਦਾ ਦਰਬਾਰ ਹੈ, ਜਿਸ ਦਰ ਆਵਤ ਜਾ ਤੇਰਾ ਹੋ ਹਟਕੇ ਨਾ ਹੋ ਕੋ, ਸੋ ਦਰ ਐਸਾ ਸੋਭੀਏ ਜੋ ਦਰ ਐਸਾ ਹੋ। ਇੱਥੇ ਆਉਣ ਲੱਗਿਆ ਰੋਕ ਨਹੀਂ, ਇੱਥੇ ਜਾਣ ਲੱਗਿਆ ਰੋਕ ਨਹੀਂ, ਜੇ ਤੁਸੀਂ ਨਹੀਂ ਰਹਿਣਾ ਤੇ ਚਲੇ ਜਾਓ, ਬੇਸ਼ੱਕ ਚਲੇ ਜਾਓ। ਬਾਕਿਆ ਦੇ ਮੁਤਲਕ ਮੈਂ ਕਹਿ ਸਕਦਾ ਤੇ ਇਹ 13 ਮਾਘ ਦਾ, 13 ਵਿਸਾਖ ਦਾ ਨਹੀਂ, ਪਰ ਉਸ ਸਾਲ ਦਾ ਨਹੀਂ ਜਿਸ ਸਾਲ ਸਤਿਗੁਰਾਂ ਨੇ ਆਨੰਦਪੁਰ ਛੱਡਿਆ। ਆਨੰਦਪੁਰ ਛੱਡਣ ਦੇ ਬਾਅਦ ਫਿਰ ਆਨੰਦਪੁਰ ਛੱਡਣ ਦੇ ਬਾਅਦ ਸਤਿਗੁਰਾਂ ਨੂੰ ਖਦਰਾਣੇ ਪਹੁੰਚਦਿਆਂ ਪਹੁੰਚਦਿਆਂ ਇੱਕ ਵਰਾ ਲੱਗ, ਇੱਕ ਵਰੇ ਵਿੱਚ ਉੱਥੇ ਪਹੁੰਚੇ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਬੇਚਾਰ ਜਾਂਦਿਆਂ ਨੂੰ ਰੋਕਣਾ ਨੇ, ਘਰਾਂ ਤੋਂ ਲੈਣ ਨਹੀਂ ਸਕਦੇ, ਜੇ ਚਲੇ ਹੀ ਤਾਂ ਦੇ ਪਿਆ ਕਾਗਜ਼ ਪਿਆ ਦੇ, ਇਹਦੇ ਉੱਤੇ ਲਿਖ ਦਿਓ ਤੇ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਉਹ ਕੋਈ ਪੰਡਤ ਘੜੀ ਸੀ, ਉਹ ਕੋਈ ਧਾਰਾ ਵੇਲਾ ਸੀ, ਉਹ ਕੋਈ ਮਾਰੀ ਸਾਜ ਸੀ, ਪਤਾ ਨਹੀਂ ਕੀ ਧਾਣਾ ਵਰਤਿਆ ਤੇ ਕਿੰਨਾ ਵਰਤਿਆ, ਸਤਿਗੁਰਾਂ ਸਿੱਖਾਂ ਨੇ ਕਾਗਜ਼ ਉੱਤੇ ਦਸਤਖਤ ਕਰ ਦਿੱਤੇ ਕਿ ਅਸੀਂ ਅੱਜ ਤੋਂ ਤੇਰੇ ਸਿੱਖ ਨਹੀਂ, ਤੂੰ ਅੱਜ ਤੋਂ ਸਾਡਾ ਗੁਰੂ ਨਹੀਂ। ਉਹ ਉਹਨਾਂ ਦੀ ਗਿਣਤੀ 40 ਨਹੀਂ ਸੀ, ਔਰ ਉਹ ਲੋਕ ਬੁਝਾਲ ਨਹੀਂ ਸੀ, ਉਹਨਾਂ 'ਚ ਤੜਪਦੇ ਲੋਕ ਆ ਗਏ ਸੀ, ਉਹਨਾਂ 'ਚ ਉਠਵਾਰ ਦੇ ਲੋਕ ਆ ਗਏ ਸੀ, ਉਹਨਾਂ 'ਚ ਧਰਮੀ ਦੇ ਲੋਕ ਆ ਗਏ ਸੀ, ਉਹਨਾਂ ਦੀ ਗਿਣਤੀ ਕਈ ਸੈਂਕੜੇ ਸੀ। ਸਤਿਗੁਰਾਂ ਨੂੰ ਬਦਾਵਾ ਲਿਖ ਕੇ ਦੇ ਕੇ ਸਤਿਗੁਰਾਂ ਵੱਲੋਂ ਕੰਧ ਮੋੜ ਕੇ ਚਲੇ ਗਏ। ਗੁਰੂ ਗ੍ਰੰਥ ਸਾਹਿਬ ਦਾ ਪਾਠੀਆ ਜਿਹਦੇ ਵਾਸਤੇ ਹੁਣ ਆਰਤੀ ਵਿੱਚ ਭਜਨ ਚੜ੍ਹਵਾਈ ਲਾਲੋ ਭੋਗ ਹਰ ਲਾਇਆ, ਉਸ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਵਾਲਿਆ ਸਿੱਖਾ ਭਜਨ ਤੇ ਸਾਫ ਲਿਖਿਆ ਸਤਿਗੁਰਾਂ ਨੇ ਭਈ ਪੂਰੇ ਗੁਰ ਦਾ ਹੁਕਮ ਮੰਨ ਸੋ ਅਗਿਆਨ ਮੁੱਠਾ ਦੁੱਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਪੁੱਛਿਆ, ਅਣਹੋਗੇ ਝਗੜੇ ਬਈ ਉਸ ਦੇ ਡਰ ਪਾਇਆ। ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ ਉਹਦੇ ਅੰਦਰ ਝੂਠ ਹੈ, ਉਹ ਹਰ ਗੱਲ ਨੂੰ ਝੂਠ ਹੀ ਸਮਝਦਾ, ਉਹਦੇ ਦਰ ਵਿੱਚ ਅਣਹੋਗੇ ਝਗੜੇ ਪੈ ਜਾਂਦੇ ਨੇ। ਉਹ ਗੱਲ ਖਰੋਸ਼ੀ ਕਰੇ ਤਾਂ ਤੇਰੀ, ਉਸ ਦਾ ਬੋਲਿਆ ਕਿਸੇ ਨੇ ਭਾਇਆ, ਉਹ ਘਰ ਘਰ ਹੁੰਦੇ ਜੋ ਰੰਗ ਲੱਗਣ, ਉਸ ਨਾਲ ਮੂੰਹ ਜੋੜ ਉਸ ਦੇ ਲੱਛਣ ਲਾਏ ਜੋ ਹਜ਼ਨ ਉਹਨੂੰ
ਕਹਿੰਦੇ ਨੇ ਜਿਹਨੂੰ ਮਾਲਕ ਨੇ ਤਿਆਗ ਦਿੱਤਾ ਹੈ, ਉਹਦੇ ਅੱਗੇ ਵੇਖ ਕੇ ਹਲਕੀਆਂ ਵੇਖ ਕੇ, ਸੁਕਰਮ ਵੇਖ ਕੇ, ਪਦਸ਼ਾਲੀਆਂ ਵੇਖ ਕੇ ਤਿਆਗ ਦਿੱਤਾ ਹੋਇਆ ਉਹਨੂੰ ਸੁਹਾਗਣ ਕਹਿੰਦੇ। ਕਿੱਦੋਂ ਮਾੜੇ ਭਾਗਾਂ ਵਾਲੀ ਉਹ ਜਨਾਨੀ ਹੋਵੇਗੀ ਜਿਹਨੂੰ ਜਿਉਂਦੀ ਜਾਗ ਨੂੰ ਜਿਉਂਦੇ ਜਾਗ ਦੇ ਮਾਲਕ ਨੇ ਤਿਆਗ ਦਿੱਤਾ। ਮੇਰਾ ਬਾਪੂ ਗੁਰੂ ਗ੍ਰੰਥ ਸਾਹਿਬ ਕਹਿੰਦਾ ਤੁਹਾਡੇ ਕਿਆ ਨਿਸ਼ਾਨੀਆਂ ਖਸਮੋ ਕੁੱਤੀਆਂ